हेलो, मैं खारकीप तो गल कर रही हूँ। असी इत्थे 3 दिन तो होस्टल के बेसमेंट विच रह रहे हैं क्योंकि इत्थे कदे भी बॉम्बिंग, फायरिंग, शैलिंग की आवाज़ सुन जाती है तो ये सिचुएशन होर कदे भी खराब हो सकती है। इसलिए मेरी रिक्वेस्ट है भारत सरकार ते पंजाब सरकार नूं कि सानूं इत्थों जल्द तो जल्द कढ़िया जावे। की नाम की तुहाडा जी? डॉक्टर हरीश कुमार चौधरी। हरीश जी, तुहाडी बेटी पता लगे यूक्रेन दे विच है जी। हाँ जी। ते की नाम है, किन्ने सालां तों उत्थे की करदी पई है जी? नताशा चौधरी नाम है जी, ते MBBS कर रही, फाइनल ईयर स्टूडेंट है। ते तुहाडी लास्ट गल कदों होई सी बेटी, किहड़े हालातां दे विच है, की कहना जी उहदा? ओह कहिंदी पापा असीं फसे हुए आ, पर खाणा हाले तक तां मिल रिहा मेरे कोल हैगा, पर मैनूं जल्दी तो कढाओ। ਹੋਰ ਬੇਟੀ ਦਾ ਕੀ ਕਹਿਣਾ ਜੀ? ਕਿੰਨੇ ਬੱਚੇ ਨਾਲ ਫਸੇ ਹੋਏ, ਕਿੱਥੋਂ ਦੇ ਹੈਗੇ ਨੇ ਸਾਰੇ? ਉਹਦੇ ਕਲਾਸਮੇਟ ਬਾਕੀ ਤਕਰੀਬਨ ਹੈਗਾ 300-400 ਬੱਚਾ ਤਾਂ ਹੈਗਾ ਹੀ ਉਹਨਾਂ ਦੇ ਆਪਦਾ ਗਰੁੱਪ ਦਾ, ਕਾਫੀ ਜਾਣੇ ਹੈਗੇ ਗਰੁੱਪ ਦੇ। ਬਾਕੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਮੇਰੀ ਬੱਚੀ ਨੂੰ ਵਾਪਸ ਲਿਆਦਾ ਜਾਵੇ। ਫਿਰ ਸਰਕਾਰਾਂ ਤੋਂ ਮਤਲਬ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਸਰਕਾਰਾਂ ਵੱਲੋਂ ਜੀ ਕਿਸੇ ਵੱਲੋਂ? ਹਾਂਜੀ, SSP ਸਾਹਿਬ ਦੇ ਦਫ਼ਤਰ 'ਚੋਂ ਮੈਨੂੰ ਫੋਨ ਆਇਆ ਸੀਗਾ, ਮੈਂ ਆਪਣੀ ਡਿਟੇਲ ਸਾਰੀ ਦੇਤੀ ਉਹਨਾਂ ਨੂੰ, ਗੁੜੀਆ ਬਾਰੇ ਸਾਰਾ ਦੱਸਤਾ ਉਹਨਾਂ ਨੂੰ। ਹਾਂਜੀ, ਉਹ ਕਹਿੰਦੇ ਅਸੀਂ ਜਲਦ ਤੋਂ ਜਲਦ ਅਸੀਂ ਕੋਸ਼ਿਸ਼ ਕਰਾਂਗੇ। ਨਹੀਂ, ਬੇਟੀ ਦਾ ਮਤਲਬ ਕੀ ਦੱਸਿਆ ਕਿ ਬੇਟੀ ਨੇ ਉੱਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਕੀ ਦੱਸਿਆ? ਉਹ ਕਹਿੰਦੀ ਬਸ ਬਲਾਸਟ ਹੀ ਹੋਈ ਜਾਂਦੇ ਆ, ਪਾਪਾ ਅੰਦਰ ਬੈਠੇ ਆ ਜੀ ਲੁੱਕ ਕੇ। ਕੀ ਨਾਮ ਕੀ ਤੁਹਾਡਾ ਜੀ? ਸੰਦੀਪ ਕੁਮਾਰ ਹੈ ਜੀ। ਸੰਦੀਪ ਜੀ, ਪਤਾ ਲੱਗਿਆ ਵੀ ਤੁਹਾਡੀ ਬੇਟੀ ਵੀ ਯੂਕਰੇਨ ਦੇ ਵਿੱਚ ਫਸੀ ਹੋਈ ਹੈ, ਸਾਰੀ ਜਾਣਕਾਰੀ ਦਿਓ, ਕੀ ਕਰ ਰਹੀ ਹੈ ਉੱਥੇ, ਕਿੰਨੇ ਸਾਲਾਂ ਤੋਂ ਹੈ ਜੀ, ਅਤੇ ਕੀ ਲੇਟੈਸਟ ਕੀ ਪੋਜੀਸ਼ਨ? ਉਹ MBBS ਮੈਡੀਕਲ ਦਾ ਕਰ ਰਹੀ ਜੀ, MBBS ਡਾਕਟਰੀ ਕਰ ਰਹੀ ਹੈ, ਅਤੇ 4 ਸਾਲ ਤੋਂ ਉੱਥੇ ਹੈ ਜੀ। ਹਰ ਸਾਲ ਉਹ ਵੈਸੇ ਹੁੰਦੀ ਹੈ ਜੀ, 2 ਮਹੀਨੇ ਛੁੱਟੀ ਛੁੱਟੀਆਂ ਹੁੰਦੀਆਂ ਉਹਨਾਂ ਨੂੰ ਜੀ ਜੂਨ 'ਚ, ਅਤੇ 2 ਮਹੀਨੇ ਛੁੱਟੀਆਂ 'ਚ ਹੁੰਦੇ ਆ ਜੀ। ਹੁਣ ਵੀ ਉਹਨਾਂ ਨੇ ਆਉਣਾ ਸੀਗਾ, ਅਤੇ ਅੱਜ ਸੰਡੇ ਦੀ ਫਲਾਈਟ ਸੀ ਉਹਨਾਂ ਦੀ, ਕਿਉਂਕਿ ਪਿਛਲੇ ਸੰਡੇ ਅਸੀਂ ਉਹਨਾਂ ਦੀ ਫਲਾਈਟ ਕਰਾਈ ਸੀ, ਅਤੇ ਪਰ ਉੱਥੇ ਜੰਗ ਲੱਗਣ ਨਾਲ ਉੱਥੇ ਬੱਚਿਆਂ ਦਾ ਕਹਿੰਦਾ ਮਤਲਬ ਸਾਰੀਆਂ ਫਲਾਈਟਾਂ ਕੈਂਸਲ ਹੋ ਗਈਆਂ ਜੀ। ਤੁਹਾਡੀ ਗੱਲ ਹੋਈ ਆਪਣੀ ਬੇਟੀ ਨਾਲ ਜੀ, ਕਹਿੰਦਾ ਨਾਮ ਕੀ ਹੈ ਜੀ ਉਹਦਾ? ਨੰਦਨੀ ਜੀ। ਅਤੇ ਉਮਰ ਕਿੰਨੀ ਹੁੰਦੀ ਜੀ? ਉਹਦੀ ਉਮਰ ਹੈਗੀ ਹੈ ਜੀ 22 ਸਾਲ। ਕਿਹੜੇ ਈਅਰ ਦੇ ਵਿੱਚ ਹੈ ਜੀ MBBS? MBBS 4th-4th year 'ਚ ਆ ਜੀ। ਅਤੇ ਤੁਹਾਡੀ ਲਾਸਟ ਗੱਲ ਕਦੋਂ ਹੋਈ ਜੀ ਉਹਦੇ ਨਾਲ, ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਹੈ ਉਹ? ਉਹ ਸਵੇਰ ਗੱਲ ਹੋਈ ਸੀ ਜੀ, ਇਸ ਟਾਈਮ ਉਹਨਾਂ ਦੇ ਹਾਲਾਤ ਬੱਚਿਆਂ ਦੇ, ਉਹ ਤਾਂ ਰੋਟੀ ਪਾਣੀ ਮਿਲ ਰਿਹਾ ਜੀ ਉਹਨਾਂ ਨੂੰ ਅੱਛੀ ਤਰ੍ਹਾਂ, ਪਰ ਉਹ ਬੇਸਮੈਂਟ 'ਚ ਹੈ ਜੀ, ਹੋਸਟਲ ਦੀ ਬੇਸਮੈਂਟ 'ਚ ਹੈ। ਅਤੇ ਉਹ ਨੈੱਟ 'ਤੇ ਮਤਲਬ ਗੱਲ ਹੋ ਸਕਦੀ ਉਹਨਾਂ ਨਾਲ ਜੀ ਹੁਣ ਕਿਵੇਂ? ਹੁਣ ਉਹਨਾਂ ਦੀ ਨੈੱਟ 'ਤੇ ਗੱਲ ਨਹੀਂ ਹੋ ਸਕਦੀ ਜੀ, ਕਿਉਂਕਿ ਉਹਨਾਂ ਦੀ ਉਹਨਾਂ ਨੇ ਨੈੱਟ ਬੰਦ ਕਰਾਏ ਹੋਏ ਆ ਜੀ, ਰਾਤ ਨੂੰ ਬੰਦ ਕਰਾ ਦਿੰਦੇ ਆ ਉਹ, ਯਾਨੀ ਕਿ ਹੁਣ ਕਹਿੰਦਾ ਮਤਲਬ 24 ਘੰਟਿਆਂ 'ਚ ਘੰਟਾ 2 ਘੰਟੇ ਹੀ ਬੱਚਿਆਂ ਨੂੰ ਨੈੱਟ ਖੋਲ੍ਹ ਕੇ ਦਿੰਦੇ ਆ ਜੀ। ਅਤੇ ਬੇਟੀ ਕੀ ਮਤਲਬ ਕਹਿ ਰਹੀ ਹੈ ਜੇ ਤੁਹਾਡੀ ਗੱਲ ਹੋਈ ਹੈ, ਤਾਂ ਘਬਰਾਏ ਹੋਏ ਆ ਬੱਚੇ ਕਿਵੇਂ, ਕੀ ਕਿੰਨੇ ਬੱਚੇ ਆ ਜੀ, ਕੀ ਕਹਿੰਦੇ? ਬੱਚੇ ਘਬਰਾਏ ਹੋਏ ਆ ਜੀ, ਬੱਚੇ 4-5 ਹਜ਼ਾਰ ਬੱਚਾ ਜੀ ਉੱਥੇ ਹੋਸਟਲ 'ਚ ਉਹਨਾਂ ਦੀ ਬੇਸਮੈਂਟ 'ਚ ਉਹਨਾਂ ਨੇ ਰੱਖਿਆ ਹੋਇਆ ਜੀ, ਅਤੇ ਉਹ ਘਬਰਾਏ ਤਾਂ ਬੱਚੇ ਹੈਗੇ ਆ ਜੀ, ਉਹਨਾਂ ਨੂੰ ਪ੍ਰੋਬਲਮ ਤਾਂ ਹੈਗੀ ਆ। ਅਤੇ ਹੁਣ ਤੁਹਾਡੀ ਕੀ ਮੰਗ ਕੀ ਹੈ? ਸਾਡੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਇਹੀ ਮੰਗ ਆ ਵੀ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਭਾਰਤ ਸਾਡੇ ਕੋਲ ਲਿਆਉਂਦੇ ਜਾਣ।